ਡੇਰਾ ਪੈਣੀ ਸਾਹਿਬ ਵਿਖੇ ਮਾਤਾ ਮਾਨਤੀ ਕੌਰ ਜੀ ਪਤਨੀ ਸਵਰਗੀ ਬਾਪੂ ਕਿਸ਼ੋਰੀ ਲਾਲ ਚੇਅਰਮੈਨ ਦੀ ਨਿੱਘੀ ਯਾਦ ਵਿੱਚ ਆਯੁਰਵੈਦਿਕ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੇ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਵੀ ਵੰਡੀਆਂ। ਇਸ ਮੌਕੇ ਪ੍ਰੈਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਤੇ ਰਿਪੋਰਟਰ ਨੈਨਸੀ ਠਾਕਰ ਨੇ ਕੈਂਪ ਸੰਬੰਧੀ ਜਾਣਕਾਰੀ ਦਿੱਤੀ। ਪੈਣੀ ਸਾਹਿਬ ਤੋਂ ਲਖਵੀਰ ਸਿੰਘ ਬੱਦੋਵਾਲ ਦੀ ਵਿਸ਼ੇਸ਼ ਰਿਪੋਰਟ।